ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਰੀਅਨ ਕਿਚਨ ਦੇ ਵਿੱਚ। ਅੱਜ ਆਪਾਂ ਤੁਹਾਨੂੰ ਚਿੱਲੀ ਪਨੀਰ ਬਣਾ ਕੇ ਦਿਖਾਵਾਂਗੇ। ਵੀਡੀਓ ਦੇਖਦੇ ਹੁੰਦੇ ਆ, ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਦਈਓ, ਅਤੇ ਅੱਜ ਤੁਹਾਨੂੰ ਸਮਾਨ ਦਿਖਾਵਾਂ ਅਤੇ ਆਪਾਂ ਬਣਾਉਣਾ ਸ਼ੁਰੂ ਕਰੀਏ। ਚਿੱਲੀ ਪਨੀਰ ਬਣਾਉਣ ਲਈ ਆਪਾਂ ਮੈਂ ਲਈਆਂ ਆ 3 ਸ਼ਿਮਲਾ ਮਿਰਚਾਂ, 7-8 ਆਪਾਂ ਲਏ ਆ ਪਿਆਜ਼, ਇਹ 'ਚੋਂ ਜਿਹੜੇ 2-3 ਕੁ ਤਾਂ ਆਪਾਂ ਤੁੜ ਕੇ ਲਈ ਰੱਖਣੇ ਆ, ਅਤੇ ਬਾਕੀ ਦੇ ਜਿਹੜੇ ਆ ਇਹ ਆਪਾਂ ਸਬਜ਼ੀ ਦੇ ਵਿੱਚ ਉਹਦੇ ਪਾ ਦੇਣੇ। ਜਿੰਨੀ ਕੁ ਮੋਟੀ ਆਪਾਂ ਸਬਜ਼ੀ ਕੱਟਣੀ ਆ ਉੰਨੀ ਕੁ ਮੋਟੇ ਆਪਾਂ ਪਿਆਜ਼ ਕੱਟਾਂਗੇ, ਦਿਖਾਉਂਗੀ ਕੱਟ ਕੇ। 150 ਗ੍ਰਾਮ ਮੈਂ ਪਨੀਰ ਲਿਆ ਆ, ਇੰਨਾ ਕੁ ਮੋਟਾ ਕੱਟਿਆ ਆ ਇਹ। ਇਹਨੂੰ ਆਪਾਂ ਫਰਾਈ ਕਰਨਾ ਆ, ਥੋੜ੍ਹਾ ਜਿਹਾ ਤਲਣਾ ਆ ਇਹ। 2 ਵੱਡੇ ਟਮਾਟਰ ਲਏ ਆ, ਲਸਣ ਅਦਰਕ ਅਤੇ ਹਰੀਆਂ ਮਿਰਚਾਂ ਇਹ ਮੈਂ ਆਪਣੇ ਹਿਸਾਬ ਨਾਲ ਲੈ ਲਈਆਂ ਆ। ਹਰੀਆਂ ਮਿਰਚਾਂ ਆਪਣੇ ਹਿਸਾਬ ਨਾਲ ਲਈਆਂ, ਅਤੇ 6-7 ਕਲੀਆਂ ਆਪਾਂ ਲਈਆਂ ਲਸਣ ਦੀਆਂ, ਅਤੇ 3 ਕੈਂਚ ਦਾ ਲਿਆ ਆਪਾਂ ਅਦਰਕ ਦਾ ਪੀਸ ਨਾ। ਇਹਨੂੰ ਹੁਣ ਆਪਾਂ ਪਹਿਲਾਂ ਸ਼ਿਮਲਾ ਮਿਰਚਾਂ ਕੱਟ ਲਈਏ, ਪਿਆਜ਼ ਕੱਟ ਲਈਏ, ਅਤੇ ਫਿਰ ਤੜਕਾ ਲਾਉਂਦੇ ਹਾਂ। ਮੈਂ ਸ਼ਿਮਲਾ ਮਿਰਚਾਂ ਕੱਟ ਲਈਆਂ, ਇੱਦਾਂ ਐਡੇ ਪੀਸ ਕੱਟੇ ਇਹਨਾਂ ਦੇ ਛੋਟੇ ਛੋਟੇ, ਅਤੇ ਪਿਆਜ਼ ਜਿਹੜੇ 4 ਪਿਆਜ਼ ਲਏ ਸੀਗੇ ਉਹ ਇੱਦਾਂ ਮੋਟੇ ਮੋਟੇ, ਜਿੰਨੀ ਕੁ ਸਬਜ਼ੀ ਦਾ ਸਾਈਜ਼ ਸੀਗਾ ਉਨਾ ਕੁ ਆਪਾਂ ਪਿਆਜ਼ਾਂ ਦਾ ਕੱਟਿਆ ਹੈ ਨਾ। ਤੜਕਾ ਲਾਉਣ ਨੂੰ ਵੀ ਆਪਾਂ ਸਮਾਨ ਕੱਟ ਲਿਆ, ਲਸਣ ਅਦਰਕ ਅਤੇ ਪਿਆਜ਼, ਅਤੇ ਜਿਹੜਾ ਪਨੀਰ ਆ ਉਹਨੂੰ ਆਪਾਂ ਨਾਲ ਨਾਲ ਫਰਾਈ ਕਰੀ ਜਾਣਾ, ਅਤੇ ਨਾਲ ਨਾਲ ਆਪਾਂ ਤੜਕਾ ਲਾਈ ਜਾਣਾ। ਤੜਕਾ ਲਾਉਣਾ ਸ਼ੁਰੂ ਕਰੀਏ ਆਪਾਂ। ਕੜਾਹੀ ਆਪਾਂ ਰੱਖ ਲਈ ਆ ਅਤੇ ਗੈਸ ਕਰ ਦਈਏ ਔਨ, ਇਹਦਾ ਓਲੀਵ ਓਇਲ ਦਾ ਆਪਾਂ ਤੜਕਾ ਲਾਵਾਂਗੇ ਇਹਨੂੰ। ਇੱਕ ਕੜਛੀ ਮੈਂ ਓਲੀਵ ਓਇਲ ਦੀ ਪਾਉਣ ਲੱਗੀ ਇਹਦੇ 'ਚ। ਤੇਲ ਹੋ ਗਿਆ ਆਪਣਾ ਗਰਮ, ਅਤੇ ਆਪਾਂ 1 ਚਮਚਾ ਵੱਡਾ ਇਹ 'ਚ ਪਾ ਦਈਏ ਜੀਰੇ ਦਾ, ਇਹਨੂੰ ਮਾੜਾ ਜਿਹਾ ਰੋਸਟ ਖੋਲਣ ਦਈਏ। ਜੀਰਾ ਆਪਣਾ ਹੋ ਗਿਆ, ਨਾਲ ਹੀ ਆਪਾਂ ਪਾ ਦਈਏ ਲਸਣ, ਪਹਿਲਾਂ ਇਹਦੇ 'ਚ ਥੋੜ੍ਹਾ ਜਿਹਾ ਪਿੰਕ ਜਿਹਾ ਕਰ ਲਈਏ ਲਸਣ। ਲਸਣ ਵੀ ਆਪਣਾ ਹੋ ਗਿਆ ਪਿੰਕ ਜਿਹਾ, ਅਤੇ ਹੁਣ ਆਪਾਂ ਪਾ ਦਈਏ ਇਹਦੇ 'ਚ ਪਿਆਜ਼ ਜਿਹੜੇ ਕੱਟੇ ਆਪਾਂ ਬਰੀਕ ਬਰੀਕ, ਅਦਰਕ ਆਪਾਂ ਠਹਿਰ ਕੇ ਪਾਉਂਦੇ ਮਾੜਾ ਜਿਹਾ, ਇਹਨੂੰ ਹਿਲਾ ਦਈਏ ਆਪਾਂ ਮਿਕਸ ਕਰ ਦਈਏ। ਮੀਡੀਅਮ ਲੋ 'ਤੇ ਮੈਂ ਰੱਖਿਆ ਆ, ਬਾਹਲੀ ਤੇਜ਼ 'ਤੇ ਨਹੀਂ ਤੜਕਾ ਭੁੰਨਿਆ ਹੈਗਾ। ਉੱਧਰ ਆਪਣਾ ਪਿਆਜ਼ ਜਦ ਭੁੱਜਦਾ ਹੈ, ਅਤੇ ਇੱਧਰ ਆਪਾਂ ਛੋਟਾ ਗੈਸ ਲਾ ਕੇ ਪੈਨ ਮੈਂ ਰੱਖ ਲਿਆ ਆ, ਇਹਦੇ 'ਚ ਕੜਛੀ 'ਚ ਤੇਲ ਦੀ ਪਾ ਕੇ ਤਾਂ ਆਪਾਂ ਪਨੀਰ ਨਾਲ ਨਾਲ ਪਨੀਰ ਨੂੰ ਆਪਾਂ ਫਰਾਈ ਕਰ ਲਈਏ। ਥੋੜ੍ਹਾ ਜਿਹਾ ਤੇਲ ਪਾਇਆ, ਇੱਕ ਵੱਡਾ ਚਮਚਾ ਪਾਇਆ, ਪਿਆਜ਼ ਆਪਣਾ ਥੋੜ੍ਹਾ ਜਿਹਾ ਪਿੰਕ ਜਿਹਾ ਹੋਇਆ, ਅਤੇ ਆਪਾਂ ਉਹਦੇ 'ਚ ਪਾ ਦਈਏ ਅਦਰਕ ਜਿਹੜਾ ਆ ਆਪਾਂ ਇਹਦੇ 'ਚ ਪਾ ਦਿੱਤਾ ਆ। ਹੁਣ ਇਹਨੂੰ ਐਨ ਖੋਲਣ ਦਈਏ ਬਰਾਊਨ। ਇਹਦੇ 'ਚ ਮੈਂ ਪਾਉਣ ਲੱਗੀ ਹਾਂ ਲੂਣ, ਛੋਟੇ ਟੇਬਲ ਸਪੂਨ, ਛੋਟੇ ਟੀਸਪੂਨ 2 ਪਾਏ ਆ। ਮੈਂ ਆਪਣੇ ਹਿਸਾਬ ਨਾਲ ਪਾ ਲਿਆ, ਤੁਸੀਂ ਵੱਧ ਘੱਟ ਜਿੰਨੀ ਤੁਹਾਡੀ ਸਬਜ਼ੀ ਆ ਤੁਸੀਂ ਉਹਦੇ ਹਿਸਾਬ ਨਾਲ ਪਾ ਲੈਣੇ ਆ। ਇੱਧਰ ਤੇਲ ਆਪਣਾ ਹੋ ਗਿਆ ਗਰਮ, ਇਹਦੇ 'ਚ ਆਪਾਂ ਪਨੀਰ ਪਾ ਦਈਏ। ਪਨੀਰ ਆਪਣਾ ਨਾਲ ਨਾਲ ਫਰਾਈ ਹੋ ਜੂਗਾ, ਜ਼ਿਆਦਾ ਨਹੀਂ ਆਪਾਂ ਤੇਲ ਪਾ ਕੇ ਇਹਨੂੰ ਡੀਪ ਫਰਾਈ ਨਹੀਂ ਕਰਨਾ ਹੈਗਾ, ਰੋਸਟ ਹੀ ਕਰਨਾ ਆਪਾਂ, ਬਰਾਊਨ ਜਿਹਾ ਕਰ ਲੈਣਾ ਇਹਨੂੰ ਆਪਾਂ। ਪਿਆਜ਼ ਜਿਹੜਾ ਆਪਣਾ ਉਹ ਗੋਲਡਨ ਬਰਾਊਨ ਹੋ ਗਿਆ, ਇਹਨੂੰ ਭੁੱਜ ਗਿਆ ਆ। ਇਹਦੇ 'ਚ ਹੁਣ ਆਪਾਂ ਪਾ ਦਿੰਦੇ ਹਾਂ ਟਮਾਟਰ ਅਤੇ ਹਰੀਆਂ ਮਿਰਚਾਂ ਜਿਹੜੇ ਆਪਾਂ ਕੱਟ ਕੇ ਰੱਖੇ ਹੋਏ ਬਰੀਕ ਬਰੀਕ, ਤੁਸੀਂ ਜੇ ਟੀਨ ਪਾਉਣਾ ਚਾਹੁੰਦੇ ਤਾਂ ਉਹ ਵੀ ਪਾ ਸਕਦੇ ਹੋ, ਫਰੈਸ਼ ਪਾਉਣੇ ਤਾਂ ਫਰੈਸ਼ ਪਾ ਦਿਓ। ਚੰਗੀ ਤਰ੍ਹਾਂ ਮਿਕਸ ਕਰ ਦਈਏ, ਐਨ ਭੁੱਜ ਦਿਓ ਸਵਾਰ ਕੇ। ਇੱਧਰ ਆਪਣਾ ਪਨੀਰ ਵੀ ਹੁੰਦਾ ਆ, ਇਹਨੂੰ ਵੀ ਆਪਾਂ ਨਾਲ ਨਾਲ ਹਿਲਾ ਦਈਏ ਇੱਦਾਂ ਨਾਈਫ ਦੇ ਨਾਲ, ਫੋਰਕ ਦੇ ਨਾਲ, ਜਿਹਨਾਂ ਵੀ ਤੁਹਾਨੂੰ ਠੀਕ ਲੱਗਦਾ। ਪਨੀਰ ਆਪਣਾ ਫਰਾਈ ਹੋ ਗਿਆ, ਆਪਾਂ ਇੱਦਾਂ ਦਾ ਹੀ ਕਰਨਾ ਆ ਗੋਲਡਨ ਬਰਾਊਨ, ਇਹਨੇ ਮੈਂ ਕਰ ਲਿਆ ਸਾਰੇ ਨੂੰ। ਹੁਣ ਆਪਾਂ ਇਹਦਾ ਗੈਸ ਕਰ ਦੇਣਾ ਬੰਦ। ਆਪਣਾ ਪਿਆਜ਼ ਜਿਹੜਾ ਸੀਗਾ ਐਨ ਹੋ ਗਿਆ ਭੁੱਜ ਗਿਆ, ਘਿਓ ਛੱਡ ਦਿੱਤਾ ਇਹਨੇ ਨੇ। ਹੁਣ ਆਪਾਂ ਇਹਦੇ 'ਚ 1/2 ਚਮਚਾ ਟੀਸਪੂਨ ਹਲਦੀ ਦਾ ਪਾਵਾਂਗੇ, 1 ਟੀਸਪੂਨ ਆਪਾਂ ਇਹਦੇ 'ਚ ਗਰਮ ਮਸਾਲਾ ਪਾਇਆ। ਇਹਦੇ 'ਚ ਆਪਾਂ ਗ੍ਰੇਵੀ ਬਣਾਉਣ ਲਈ ਕੋਰਨਫਲੋਰ ਜਿਹੜਾ ਆ ਇਹ 2 ਟੇਬਲ ਸਪੂਨ ਪਾ ਕੇ, 2 ਟੇਬਲ ਸਪੂਨ ਹੀ ਪਾਣੀ ਦੇ ਇਹਦੀ ਆਪਾਂ ਗ੍ਰੇਵੀ ਬਣਾਵਾਂਗੇ। ਇੱਦਾਂ ਆਪਾਂ 2-3 ਚਮਚੇ ਇਹਦੇ 'ਚ ਪਾ ਕੇ, ਪਾਣੀ ਦੇ ਵਿੱਚ ਕੋਰਨਫਲੋਰ ਪਾ ਕੇ, ਤਾਂ ਆਪਾਂ ਇਹਨੂੰ ਮਿਕਸ ਕਰ ਲਿਆ। ਇਹ ਹੁਣ ਆਪਾਂ ਪਾਣੀ ਦੇ 'ਚ ਪਾ ਦੇਣਾ, ਨਾਲ ਪਾਵਾਂਗੇ ਆਪਾਂ ਇਹਦੇ ਸੋਇਆ ਸੋਸ, ਡਾਰਕ ਸੋਇਆ ਸੋਸ 2 ਟੇਬਲ ਸਪੂਨ, ਅੱਧਾ ਕੱਪ ਆਪਾਂ ਇਹਦੇ 'ਚ ਪਾਣੀ ਪਾਵਾਂਗੇ। ਉਬਲਿਆ ਹੋਇਆ ਪਾਣੀ ਪਾਇਆ ਮੈਂ, ਕੇਟਲ ਵਾਲਾ ਲੱਗਾ ਹੋਇਆ ਸੀਗਾ। ਹੁਣ ਆਪਾਂ ਇਹਦੇ 'ਚ ਕਿੰਨਾ ਸੋਹਣਾ ਤੜਕਾ ਭੁੱਜ ਗਿਆ ਆਪਣਾ। ਵੀਡੀਓ ਦੇਖਦੇ ਹੁੰਦੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਦਈਓ, ਅਤੇ ਹੁਣ ਆਪਾਂ ਪਾਈਏ ਇਹਦੇ 'ਚ ਸ਼ਿਮਲਾ ਮਿਰਚਾਂ, ਅਤੇ ਨਾਲ ਹੀ ਆਪਾਂ ਪਾ ਦੇਣੇ ਪਿਆਜ਼ ਜਿਹੜੇ ਕੱਟੇ ਹੋਏ ਸੀ, ਇਹਨੂੰ ਆਪਾਂ ਮਿਕਸ ਕਰ ਦੇਣਾ ਚੰਗੀ ਤਰ੍ਹਾਂ। ਸਾਰਾ ਕੁਛ ਆਪਾਂ ਮਿਕਸ ਕਰ ਦਿੱਤਾ ਇਹਦੇ 'ਚ, ਪਨੀਰ ਹਜੇ ਠਹਿਰ ਕੇ ਪਾਉਣਾ ਆ। ਇਹਨੂੰ ਹੁਣ ਆਪਾਂ ਢੱਕ ਦੇਣਾ, ਉੱਤੋਂ 5 ਮਿੰਟ ਇਹਨੂੰ ਰੱਖ ਲਈਏ, ਫਿਰ ਪਨੀਰ ਪਾਉਣੇ ਇਹਦੇ 'ਚ। ਇਹਨੂੰ ਉੱਤੋਂ ਆਪਾਂ ਢੱਕ ਦਿੱਤਾ, ਹੁਣ 2-3 ਮਿੰਟ ਇਹਨੂੰ ਰਹਿਣ ਦਈਏ।
फिर पनीर पा के फिर दिखाने सब्जी। इन हूँ 3-4 मिनट हो गए, हम आप पा देंगे पनीर जो आप फ्राई करके रखे। आप तेल पहले थोड़ा पाया से हम इन मिक्स कर दिए। चिली पनीर अपना हो गया रेडी। शिमला मिर्चा बालियां नहीं करना है, फिर यह जिदा ज़्यादा ओवर कुक जो हो के फिर नाइस नहीं लगदियाँ, इन कि करनिया। आप पनीर पाया करके इनू 2 मिनट आप होर ढक दें, फिर सब्जी अपनी हो गई रेडी। तो धनिया तो मसाला पा के प्लेट करके दिखाऊँ। हूँ 2 मिनट होर ढक दी आप। लो जी हूँ सब्जी आप देख ली एक बार होर खोल के कि सोहना कलर आया ये। तो आप हूँ गैस कर देना बंद। तो हूँ आप हरा धनिया तो मसाला प्याज हरे पा के तो प्लेटिंग करके थानू दिखाई। सब्जी अपनी हो गई रेडी। तुम इनू चाहे रोटी ना खाओ, नान बना के खाओ, चाहे तुम रैप बना के खाओ, जिदा मर्जी ले सकते है ना। लो जी आप प्लेट करती रेडी। मैं मसाला भी पाता ये, तो हरा प्याज जोड़ा सगा आप भी पाता, रोटी बना ली नाल। वीडियो देखते हैं, वीडियो लाइक शेयर कर दे करो, चैनल में सबसक्राइब कर देो। थैंक यू वेरी मच। तुम भी देखियो बना के चिल्ली पनीर, मेरा तो बहुत स्वाद बनया। थैंक यू वेरी मच।